ਲਾਜਨਾ ਮਾਸ਼ਾਅੱਲਾ ਕੋ ਜਾਨਵਰ ਤੁਹਾਨੂੰ ਅਸੀਂ ਦਿਖਾਣੇ ਆ ਇਹ ਵੀਰ ਜੀ ਘੋੜੀ ਪਹਿਲੇ ਖੜੀ ਹੈ ਸਾਵੇ ਰੰਗ ਦੀ ਗੱਬਨ ਘੋੜੀ ਹੈ ਔਰ ਮਾਸ਼ਾਅੱਲਾ ਤੇ ਨੁਕਰਾ ਘੋੜਾ ਜੀ ਕ੍ਰਾਸ ਕਰਾਇਆ ਬਖੌਲ ਉਹਨਾਂ ਦੇ ਅਸੀਂ ਪਹਿਲਾਂ ਜਨਾਬ ਤੁਹਾਨੂੰ ਜਾਨਵਰ ਅਸੀਂ ਤੁਹਾਨੂੰ ਦਿਖਾਣੇ ਆ ਡਬਲ ਬਾਡੀ ਦੀ ਘੋੜੀ ਹੈਗੀ ਹੈ ਹਾਈਟ ਵੀ ਮਾਸ਼ਾਅੱਲਾ ਅੱਛੀ ਹੈਗੀ ਹੈ ਹੱਥ ਪੈਰ ਖੁਰ ਗਾਮਚੀਆਂ ਹਰ ਚੀਜ਼ ਮਾਸ਼ਾਅੱਲਾ ਬਿਹਤਰੀਨ ਹੈਗੀ ਹੈ ਔਰ ਬਿਲਕੁਲ ਸੀਲ ਸਾਊ ਹੈ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਕਿ ਬੰਦਾ ਪੈਰਾਂ 'ਚ ਬੈਠਾ ਹੋਇਆ ਅਗਰ ਸੀਲ ਸਾਊ ਨਾ ਹੋਵੇ ਘੋੜੀ ਬਹਿ ਨਹੀਂ ਨਾ ਦੇਵੇ ਦੂਸਰੇ ਨੰਬਰ ਦੇ ਉੱਤੇ ਜਨਾਬ ਘੋੜੀ ਆ ਤੁਸੀਂ ਵੇਖੋ ਮਾਸ਼ਾਅੱਲਾ ਡਬਲ ਬਾਡੀ ਦੀ ਘੋੜੀ ਹੈ ਹਾਈਟ ਦੇ ਵਿੱਚ ਵੀ ਇਨਸ਼ਾਅੱਲਾ ਉਹਦੇ ਜਿੱਡੀ ਹਾਈਟ ਹੈਗੀ ਹੈ ਔਰ ਦੂਸਰੇ ਜਾਨਵਰ ਤੁਹਾਨੂੰ ਵਿਖਾਣੇ ਆ ਉਸ ਤੋਂ ਇਲਾਵਾ ਦੂਸਰੇ ਜਾਨਵਰ ਵੀ ਮਾਸ਼ਾਅੱਲਾ ਬਹੁਤ ਖੂਬਸੂਰਤ ਹੈਗੇ ਨੇ ਇੱਕ ਘੋੜੀ ਖਲੋਤੀ ਹੈ ਉਹਦੇ ਨਾਲ ਦੂਸਰੀ ਘੋੜੀ ਘੋੜੀ ਖਲੋਤੀ ਹੈ ਅਗਰ ਤੁਸੀਂ ਪੈਰਾਂ ਬੰਨੇ ਲਾਓ ਤੇ ਮੈਂ ਤੁਹਾਨੂੰ ਥੱਲੇ ਉੱਤਰ ਕੇ ਤੇ ਘੋੜੀਆਂ ਦੇ ਬਾਰੇ ਤੁਹਾਨੂੰ ਮੈਂ ਦੱਸਣਾ ਇਹ ਦੇਖੋ ਲਓ ਜੀ ਅਸੀਂ ਆ ਗਏ ਥੱਲੇ ਲਓ ਜੀ ਸਭ ਨਾਲੋਂ ਪਹਿਲੇ ਉਹ ਤੁਸੀਂ ਪਰਲੇ ਪਾਸੇ ਤੁਸੀਂ ਵੇਖੋ ਘੋੜੀ ਜਿਹੜੀ ਖਲੋਤੀ ਹੈ ਮਾਸ਼ਾਅੱਲਾ ਹਰ ਚੀਜ਼ ਖੋਰ ਵਗੈਰਾ ਗਾਮਚੀਆਂ ਕੱਦ ਵਗੈਰਾ ਹਰ ਚੀਜ਼ ਪੂਰਾ ਹੈਗਾ ਛੋਟੇ ਕੱਦ ਦੀ ਕੋਈ ਵੀ ਚਾਰਾਂ ਜਾਨਵਰਾਂ ਦੇ ਵਿੱਚ ਛੋਟੇ ਕੱਦ ਦਾ ਕੋਈ ਵੀ ਜਾਨਵਰ ਇਸ ਟਾਈਮ ਨਹੀਂ ਹੈਗਾ ਇਹ ਤੁਸੀਂ ਵੇਖੋ ਪਿਛਲੇ ਖੁਰ ਤੁਸੀਂ ਵੇਖ ਲਵੋ ਅਗਲੇ ਤੁਸੀਂ ਵੇਖ ਲਵੋ ਲਓ ਜਨਾਬ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਮਾਲਕ ਨਾਲ ਤੇ ਤੁਹਾਨੂੰ ਕੁਝ ਹਕੀਕਤ ਜਿਹੜੀ ਹੈ ਉਹ ਤੁਹਾਨੂੰ ਦੱਸਣਾ ਜੀ ਅਸਲਾਮ ਵਾਲੇਕੁਮ ਤੇ ਵੀਰ ਜੀ ਉਹ ਜਿਹੜੇ ਪਰਲੇ ਪਾਸੇ ਖਲੋਤੀ ਹੋਈ ਹੈ ਕੁੱਲੀ ਤੇ ਉਹ ਕੁੱਲੀ ਦੇ ਕਿੰਨੇ ਪੈਸੇ ਜੇ ਇੱਧਰ ਆ ਜਾ ਥੋੜ੍ਹਾ ਜਿਹਾ ਕੁੱਲੀ ਦਾ 3 ਲੱਖ ਰੁਪਈਆ ਤੇ ਉਹਦੀ ਹਾਈਟ ਇਸ ਟਾਈਮ 60 ਤੋਂ ਉੱਤੇ ਸੱਠ ਤੋਂ ਉੱਤੇ ਹੋਵੇਗੀ ਹਾਈਟ ਤੇ ਇਹਦੇ 'ਚ ਕੋਈ ਇਹਨੂੰ ਕੋਈ ਫਨ ਫੁਨ ਹੈਗਾ ਗਰੰਟੀ ਬੰਦਾ ਲੈਂਦਾ ਜੀ ਕ੍ਰਾਸਿੰਗ ਦੀ ਗਰੰਟੀ ਦਿਓ ਗਰੰਟੀ ਵੀ ਦਿਓਗੇ ਤੇ ਹੁਣ ਦੱਸ ਕੇ ਇਹਦਾ ਪਿਆਰ ਮੁਹੱਬਤ ਕਰਕੇ ਇਹਦੇ ਪੈਸੇ ਕਿੰਨੇ ਨੇ ਆਪ ਚ ਉਸੇ ਕੁੱਲੀ ਦਾ ਜੀ ਖਰੀਦਾਰ ਬਣ ਗਿਆ ਪਿਆਰ ਮੁਹੱਬਤ ਇੱਕ ਵਾਰੀ ਫੇਰ ਦੱਸ ਦੇਣਾ ਪੈਸੇ ਕਿੰਨੇ 3 ਲੱਖ ਰੁਪਈਆ ਨੰਬਰ ਵੀ ਆਪਦਾ ਸ਼ੇਅਰ ਕਰ ਦੇ ਭਾਵੇਂ ਵਟਸਐਪ ਦਾ ਕਰ ਦੇ ਭਾਵੇਂ ਦੂਸਰਾ ਕਰ ਦੇ ਜੀ 0347 ਜੀ ਜੀ 390 5643 ਹੁਣ ਦੂਸਰੇ ਨੰਬਰ ਦੇ ਉੱਤੇ ਆ ਜਾ ਇਹ ਜਿਹੜੀ ਘੋੜੀ ਖਲੋਤੀ ਹੋਈ ਹੈ ਇਹਦੇ ਬਾਰੇ ਦੇ ਵਿੱਚ ਤੂੰ ਦੱਸ ਹਾਈਟ ਵੀ ਮਾਸ਼ਾਅੱਲਾ ਓਡੀ ਹਾਈਟ ਹੈ ਸੱਠ ਦੇ ਉੱਤੇ ਹੀ ਹੈ ਤੇ ਇਹਦਾ ਜਿਹੜਾ ਹੈਗਾ ਕਿੰਨੇ ਪੈਸੇ ਮੁੱਲ ਕਰ ਰਿਹਾ ਭਾਜਨ ਇਹਦੀ ਉਮਰ ਹੈ ਜੀ 4 ਸਾਲ ਜੀ ਇਹ ਬੱਚੀ ਹੈ ਘੋੜੀ ਠੀਕ ਹੋ ਗਿਆ ਤੇ ਇਹਦਾ ਵੀ 3 ਲੱਖ ਰੁਪਏ ਡਾਂਸ ਕਰਦੀ ਹੈ ਜੀ ਹਾਂ ਜੀ ਸਵਾਰੀ ਵੀ ਕਰੇਗੀ ਡਾਂਸ ਵੀ ਕਰੇਗੀ ਸੀਲ ਸਾਊ ਹੈਗੀ ਹੈ ਯਾਨੀ ਕਿ ਮਾਸ਼ਾਅੱਲਾ ਅੱਛੀ ਹੈਗੀ ਹੈ ਅਸੀਂ ਹੱਥ ਪੈਰ ਮਾਰ ਪਿੱਛੇ ਪੂਛਲ ਦੇ ਵਿੱਚ ਹੱਥ ਮਾਰ ਦੇਣਾ ਲਓ ਜੀ ਪੂਛਲ ਦੇ ਵਿੱਚ ਹੱਥ ਮਾਰ ਕੇ ਆ ਤੁਹਾਨੂੰ ਦਿਖਾਉਂਦਾ ਜੀ ਆ ਵੇਖੋ ਸਭ ਨਾਲੋਂ ਵੱਡੀ ਗੱਲ ਇਹ ਹੈਗੀ ਹੈ ਕਿ ਕੋਈ ਬੰਦਾ ਤੋਪ ਦੇ ਅੱਗੇ ਖਲੋ ਕੇ ਗੋਲੇ ਦੇ ਅੱਗੇ ਤਾਂ ਨਹੀਂ ਨਹਾ ਸਕਦਾ ਜੀ ਤੇ ਫੈਰ ਦੇ ਅੱਗੇ ਜੇ ਬੰਦਾ ਖਲੋਤਾ ਹੈ ਤੇ ਸਮਝੋ ਕਿ ਉਹ ਵਾਕਈ ਸੀਲ ਸਾਊ ਹੈ ਲਓ ਜੀ ਗਰੰਟੀ ਇਨਸ਼ਾਅੱਲਾ ਤੁਹਾਨੂੰ ਹਰ ਜਾਨਵਰ ਦੀ ਔਰ ਮੰਡੀ ਦਾ ਜਾਂ ਅਸੀਂ ਵਿਜ਼ਿਟ ਕਰ ਰਹੇ ਜੇ ਅਮੀਨਪੁਰ ਬੰਗਲਾ ਮੰਡੀ ਦਾ ਵਿਜ਼ਿਟ ਕਰ ਰਹੇ ਜੇ ਔਰ ਦਿਖਾ ਰਹੇ ਤੁਹਾਨੂੰ ਅੱਛੇ ਅੱਛੇ ਜਾਨਵਰ ਔਰ ਹਰ ਕਿਸਮ ਦੀ ਇਨਫੋਰਮੇਸ਼ਨ ਇਨਸ਼ਾਅੱਲਾ ਤਾਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਤਾਂ ਕਿ ਅਗਰ ਕੋਈ ਗਲਤੀ ਜਾਂ ਕੋਈ ਚੀਜ਼ ਰਹਿ ਵੀ ਜਾਂਦੀ ਹੈ ਤਾਂ ਤੁਸੀਂ ਫੋਨ ਕਰਕੇ ਤੇ ਭਾਈ ਹੋਰਾਂ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਜੇ ਇਸ ਘੋੜੀ ਦੀ ਇਸ ਵਕਤ ਜਿਹੜੀ ਪ੍ਰਾਈਜ਼ ਹੈਗੀ ਹੈ ਉਹ ਕੀ ਪ੍ਰਾਈਜ਼ ਹੈ ਜੀ 3 ਲੱਖ ਰੁਪਈਆ ਯਾਨੀ ਕਿ ਕੁੱਲੀ ਜਿਹੜੀ ਘੋੜੀ ਸੀ ਉਹਦੇ ਵੀ 3 ਲੱਖ ਰੁਪਇਆ ਸੀ ਇਹ ਜਿਹੜੀ ਘੋੜੀ ਹੈ ਇਹਦਾ ਵੀ 3 ਲੱਖ ਰੁਪਈਆ ਹੁਣ ਤੂੰ ਇਹ ਦੱਸ ਦੇ ਉਹ ਤੇ ਗੱਬਣ ਸੀ ਇਹ ਘੋੜੀ ਗੱਬਣ ਹੈ ਨਹੀਂ ਇਹ ਵੇਲੀ ਹੈ ਠੀਕ ਹੋ ਗਿਆ ਲਓ ਜਨਾਬ ਇਹ ਘੋੜੀ ਜੀ ਵੇਲੀ ਹੈਗੀ ਹੈ ਉਸ ਤੋਂ ਬਾਅਦ 2 ਜਾਨਵਰਾਂ ਤੋਂ ਬਾਅਦ ਅਸੀਂ ਜਨਾਬ ਫਿਰ ਇਹਨਾਂ ਦੇ ਕੋਲੇ ਇੱਕ ਸਾਵੀ ਘੋੜੀ ਹੈ ਜਿਹੜੀ ਬਿਲਕੁਲ ਤਿਆਰ ਹੈਗੀ ਹੈ ਉਸ ਤੋਂ ਪਹਿਲੇ ਇਹ ਘੋੜੀ ਹੈ ਇਹ ਜਨਾਬ ਘੋੜੀ ਦੇ ਕਿੰਨੇ ਪੈਸੇ ਕਰ ਰਿਹਾ ਜੀ ਇਹਦਾ ਵੀ 3 ਲੱਖ ਰੁਪਏ 3 ਲੱਖ ਰੁਪਈਆ ਤੇ ਇਹ ਸਾਰੀਆਂ ਦੇ 3-3 ਲੱਖ ਰੁਪਈਆ ਅੱਛਾ ਤੇ ਉਹ ਸਾਵੀ ਉਹਦੀ ਸਾਵੀ ਦਾ ਜਿਹੜੀ ਗੱਬਣ ਹੈ ਕਿੰਨੇ ਦਿਨ ਲੈਂਦੀ ਹੈ ਇਹਨੂੰ 9ਵਾਂ ਮਹੀਨਾ ਉਹ ਖਤਮ ਹੋਣ ਵਾਲਾ ਅੱਛਾ 9ਵਾਂ ਮਹੀਨਾ ਜਨਾਬ ਖਤਮ ਹੋਣ ਵਾਲਾ ਜੇ ਤੇ ਪੈਸੇ ਕਿੰਨੇ ਜੇ ਇਹਦਾ ਹੀ 3 ਲੱਖ ਸਾਰੇ 3 ਲੱਖ ਰੁਪਈਆ ਤਰੇ ਜਾਨਵਰ 3-3 ਲੱਖ 3-3 ਲੱਖ ਰੁਪਈਆ ਲਓ ਜੀ ਨੰਬਰ ਫੇਰ ਇੱਕ ਵਾਰੀ ਦੇ ਦਿਓ ਉੱਥੇ ਲਓ ਹਾਂ 347 ਹਾਂ 390 5643 ਤੇ ਐਡਰੈਸ ਦੇ ਜੰਗ ਹਾਲੇ ਜੰਗ ਦਾ ਬਹੁਤ ਵੱਡਾ ਪੂਰਾ ਬਾਰ ਮਦੂਕਾਵਾ ਹਾਂ ਸੇਲ ਵਾਦਿਲਾ ਜੰਗ ਵਿਲਾ ਜੰਗ ਜਿਹੜਾ ਤੂੰ ਆਪਣਾ ਨੰਬਰ ਦਿੱਤਾ ਇਹ WhatsApp ਵਾਲਾ ਕੇ ਪੁੱਛਦਾ WhatsApp ਨੰਬਰ ਹੈ ਅਗਰ ਮਜ਼ੀਦ ਇਹਨਾਂ ਜਾਨਵਰਾਂ ਤੋਂ ਇਲਾਵਾ ਤੇਰੇ ਕੋਲੇ ਕੋਈ ਜਾਨਵਰ ਹੈ ਨੇ ਕੋਈ ਨੁਕਰਾ ਜਾਨਵਰ ਹੈ ਜੀ ਨਹੀਂ ਨੁਕਰਾ ਕੋਈ ਅੱਛਾ ਇੱਕ ਛੋਟਾ ਜਿਹਾ ਸਵਾਲ ਸਾਡਾ ਵੀ ਨਵਾਂ ਸ਼ੌਕੀਨ ਬੰਦਾ ਜਿਹੜਾ ਮੰਡੀ ਦੇ ਵਿੱਚ ਜ਼ਿਆਦਾ ਆ ਰਿਹਾ ਜਿਨ੍ਹਾਂ ਨੂੰ ਘੋੜਿਆਂ ਦੇ ਬਾਰੇ 'ਚ ਨਹੀਂ ਪਤਾ ਤੁਸੀਂ ਮਾਸ਼ਾਅੱਲਾ ਸਾਡੇ ਇਲਮ ਵੀ ਜੇ ਘੋੜਿਆਂ ਦੇ ਬਾਰੇ ਜਾਣਦੇ ਵੀ ਜੇ ਇੱਕ ਨਵਾਂ ਇੱਕ ਬੰਦਾ ਜਿਹੜਾ ਜਾਨਵਰ ਲੈਣ ਵਾਸਤੇ ਆਉਂਦਾ ਉਹਨੂੰ ਥੋੜੀਆਂ ਜਿਹੀਆਂ ਚੀਜ਼ਾਂ 1-2-4 ਕੋਈ ਟਿਪਸ ਦੇ ਦਿਓ
ताकि वो अच्छा जानवर देखने के कामयाब हो जाए वह कि चीज़ा ने जो देखिया जाए देखिया पैर वेखे जाते हैं जी समझ आ गए दूसरी चीज होगी अच्छा उम्र कि चेक कर देने उम्र लो जी अभी उम्र तुम दिखाने क्योंकि सारे व्यापारी कहते जी पांच ही है जी पांच ही है घोड़े का उम्र सात साल अगर जो कोई व्यापारी कहता है पांच साल का तो फिर की करता है चूड़ मार चूड़ मार जरा लो जी है पांच साल का यानी सुआ निकले आना तो पांच साल का मुलाकात होगी सारे दोस्त जने ने कितों कितों आए ने तुहानू दस देने की नाम की वीर जी अपना मोहम्मद सजाद केड़ी जगह तो आए जे उलत्ती चको तुसी वीर जी ननकाना साहब तुसी वीर जी जेलम तो जेलम तो ते जेलम तो माशाल्लाह बड़ा सफर करके आए जे किस वास्ते आए जे घोड़ा लैन वास्ते आए जे ते जनाब घोड़ा किस चीज वास्ते तुहानू चाहिदा मैं ते मजदूरी ले शौकिया ओनू शौके जे ते तुहानू मजदूरी वास्ते चाहिदा अच्छा ते कोई जानवर पसंद कीता जे लै भी जे या रेट हले मुनासिब नहीं होया असी दुआ करने जी लगभग तुहानू अच्छा कोई जानवर मिल जाए तो तुहानू जी रोजी रोटी वास्ते तुहानू भी जनाब कोई जानवर मिल जाए मौलवी साहब तुहानू भी कोई जानवर तो तुम बस सैर सूर करना है लैना है जी एक एक की जगह से जी दो लवो लो जी इंशाल्लाह अल्लाह पाक तुहानू सलामत रखे जनाब ये साडे दोस्त ने जनाब जो मंडिया की रौनक ने और मंडिया दी रौनकां नू दुबाला करने वास्ते आए ने वीर जी की ना की अपना तो कि जगह तो आए जी जानवर को देखा जो पसंद आया माशाल्लाह ट्राई कर रहे हैं लग गया लग जाएगा तो वैसे की रुकावट पेश आ रही है माल ज्यादा मांग रहे हैं कीमत ज्यादा है या जानवर अच्छा नहीं है जानवर अच्छा नहीं मेरा अच्छा पहले भी जनाब तुम कुछ जानवर रखे हुए जी बिल्कुल दस बारह माशाल्लाह माशाल्लाह लो जी अल्लाह पाक तुहाडे शौक नूं होर मजीद इजाफा करे साडे नाल सी दोस्त जिहड़े मंडी दा जनाब विजिट कर रहे थे तो इंशाल्लाह सारा होर भी जानवर तुहानू इंशाल्लाह तुहानू दिखावांगे वीडियो अच्छी लगी होवे तो लाइक शेयर जरूर करा जे तो इंशाल्लाह इजाजत दिओ अल्लाह हाफिज़ फी मान अल्लाह।